हेलो एवरीवन, सत श्री अकाल जी, सारिया नू वेलकम है जी तुहाडा इस चैनल ते। फ्रेंड्स, अज आपां गल करन जा रहे हैं जी जनरल इनफॉर्मेशन फॉर द कैंडीडेट्स फॉर द पोस्ट्स ऑफ लैक्चरर्स। कल जो मैं तुहानू दस्या सी कि मैरिटोरियस स्कूल जो ने उन्हां दे विच लैक्चरर्स दीआं वैकेंसीज आ रहियां ने। अराउंड 156 लैक्चरर्स जो ने वो अपॉइंट होने ने वेरियस सब्जेक्ट दे, ते 10 मैरिटोरियस स्कूल जो ने इस टाइम पंजाब विच चल रहे ने, ते उन्हां दे विच जो लैक्चरर्स उन्होंने रखने ने उनकी रजिस्ट्रेशन जो है वो अज तो स्टार्ट हो चुकी है। तो 7 जुलाई तक तुसीं इस दे लई रजिस्टर कर सकते हो। ਅਤੇ ਜਨਰਲ ਇਨਫੋਰਮੇਸ਼ਨ ਜੋ ਹੈ ਉਹ ਕੱਲ੍ਹ ਤੱਕ ਨਹੀਂ ਅਵੇਲੇਬਲ ਸੀ, ਬਟ ਅੱਜ ਉਹਨਾਂ ਨੇ ਸਾਈਟ 'ਤੇ ਸਾਰਾ ਕੁਝ ਅਪਡੇਟ ਕਰ ਦਿੱਤਾ ਹੈ, ਸੋ ਆਪਾਂ ਉਹੀ ਚੈੱਕ ਕਰ ਲੈਂਦੇ ਹਾਂ। 156 ਲੈਕਚਰਰਸ ਜੀ ਇਹਨਾਂ ਨੇ ਰੱਖਣੇ ਨੇ, ਪੰਜਾਬੀ, ਇੰਗਲਿਸ਼, ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ, ਬਾਇਓਲੋਜੀ, ਕਾਮਰਸ, ਪੋਲੀਟੀਕਲ ਸਾਇੰਸ, ਹਿਸਟਰੀ ਅਤੇ ਇਕਨੋਮਿਕਸ ਦੇ ਵਿੱਚ ਔਨ ਕੰਟਰੈਕਚੁਅਲ ਬੇਸਿਸ। ਸਭ ਤੋਂ ਪਹਿਲਾਂ ਇਹਨਾਂ ਨੇ ਫਿਜ਼ਿਕਸ ਦਾ ਦਿੱਤੀਆਂ ਹੋਈਆਂ ਨੇ। ਕੈਟੇਗਰੀ ਵਾਈਜ਼ ਬ੍ਰੇਕਅਪ ਦੀ ਵੀ ਆਪਾਂ ਗੱਲ ਕਰਾਂਗੇ। ਫਿਜ਼ਿਕਸ ਦੀਆਂ 'ਚ ਟੋਟਲ ਵੈਕੈਂਸੀਜ਼ ਦੀ ਅਗਰ ਆਪਾਂ ਗੱਲ ਕਰੀਏ ਤਾਂ ਦੀਜ਼ ਆਰ 32, ਜਨਰਲ ਦੀਆਂ 7 ਨੇ, ਐਕਸ ਸਰਵਿਸਮੈਨ ਦੀਆਂ 5 ਨੇ, ਕੈਮਿਸਟਰੀ ਦੀਆਂ ਨੇ ਟੋਟਲ 38। ਕੈਟੇਗਰੀ ਵਾਈਜ਼ ਬ੍ਰੇਕਅਪ ਤੁਸੀਂ ਦੇਖ ਸਕਦੇ ਹੋ, ਜਨਰਲ ਵਾਸਤੇ 8 ਸੀਟਾਂ ਨੇ ਇਹਦੇ ਵਿੱਚ, ਅਤੇ ਨੈਕਸਟ ਹੈ ਬਾਇਓਲੋਜੀ ਦੇ ਵਿੱਚ ਨੇ 17, ਮੈਥਮੈਟਿਕਸ ਦੀਆਂ ਨੇ ਟੋਟਲ 19, ਹਿਸਟਰੀ ਦੀਆਂ ਨੇ ਜੀ ਅਫਸੋਸ ਇੱਕ ਹੀ ਹੈ ਹਿਸਟਰੀ ਦੀ ਪੋਸਟ, ਉਹ ਵੀ ਜਨਰਲ ਕੈਟੇਗਰੀ ਵਾਸਤੇ ਰਿਜ਼ਰਵਡ ਹੈ। ਪੋਲੀਟੀਕਲ ਸਾਇੰਸ ਦੀ ਵੀ ਇੱਕ ਹੀ ਹੈ, ਇਕਨੋਮਿਕਸ ਦੀ ਵੀ ਇੱਕ ਹੀ ਵੈਕੈਂਸੀ ਹੈ, ਇੰਗਲਿਸ਼ ਦੀਆਂ ਵੈਕੈਂਸੀਜ਼ ਨੇ 15, ਪੰਜਾਬੀ ਦੀਆਂ ਵੈਕੈਂਸੀਜ਼ ਨੇ ਟੋਟਲ 13, ਅਤੇ ਕਾਮਰਸ ਦੀਆਂ ਟੋਟਲ ਵੈਕੈਂਸੀਜ਼ ਨੇ 19। ਅਤੇ ਇਹ ਜੋ ਨੇ ਆਲਟਰ ਵੀ ਹੋ ਸਕਦੀਆਂ ਨੇ, ਠੀਕ ਹੈ ਜੀ, ਮਤਲਬ ਘਟਾਈਆਂ ਵਧਾਈਆਂ ਜਾ ਸਕਦੀਆਂ ਨੇ ਇਨ ਫਿਊਚਰ। ਅਤੇ ਕੈਂਡੀਡੇਟਸ ਜੋ ਨੇ ਦੇ ਸ਼ੁੱਡ ਇੰਡੀਕੇਟ ਆਪਣਾ ਕੈਟੇਗਰੀ, ਤੁਸੀਂ ਉਹਦੇ ਵਿੱਚ ਮੈਨਸ਼ਨ ਕਰੋਗੇ ਐਪਲੀਕੇਸ਼ਨ ਫੋਰਮ ਦੇ ਵਿੱਚ, ਜੋ ਚੇਂਜੇਬਲ ਨਹੀਂ ਹੈ ਬਾਅਦ ਵਿੱਚ ਕਿਸੇ ਵੀ ਹਾਲਾਤ ਦੇ ਵਿੱਚ ਉਹ ਚੇਂਜ ਨਹੀਂ ਕਰਨਗੇ। ਐਮੋਲੂਮੈਂਟਸ ਅਗਰ ਆਪਾਂ ਸੈਲਰੀ ਦੀ ਗੱਲ ਕਰੀਏ ਤਾਂ ਲੈਕਚਰਰਸ ਦਾ ਪੇ ਸਕੇਲ ਜੋ ਹੈ ਉਹ 40,000 ਪਲੱਸ ਹੈ ਇਹਦੇ ਵਿੱਚ, ਠੀਕ ਹੈ ਜੀ, ਫਿਕਸਡ ਪਰ ਮੰਥ ਇੰਨਾ ਮਿਲੇਗਾ 40,000, ਬਹੁਤ ਅੱਛੀ ਪੇ ਸਕੇਲ ਹੈ ਇਹਨਾਂ ਦੀ। ਇਸੈਂਸ਼ੀਅਲ ਕੁਆਲੀਫਿਕੇਸ਼ਨਸ ਆਪਾਂ ਦੇਖ ਲੈਂਦੇ ਹਾਂ, ਵੈਸੇ ਮੈਂ ਤੁਹਾਨੂੰ ਕੱਲ੍ਹ ਦੱਸ ਦਿੱਤਾ ਸੀ ਇਹ ਸਾਰਾ ਕੁਝ। ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੁਹਾਡੀ ਰੈਲੇਵੈਂਟ ਸਬਜੈਕਟ ਦੇ ਵਿੱਚ, ਐਂਡ ਬੀ ਐੱਡ ਇੱਥੇ ਕੁਛ ਵੀ ਇਹਨਾਂ ਨੇ ਮੈਨਸ਼ਨ ਨਹੀਂ ਕੀਤਾ ਅਪੀਅਰਿੰਗ ਜਾਂ ਕੰਪਲੀਟਡ, ਤਾਂ ਆਪਾਂ ਇਹਨੂੰ ਕੰਪਲੀਟਡ ਮੰਨ ਕੇ ਹੀ ਚੱਲਾਂਗੇ। ਜਿਨ੍ਹਾਂ ਦੀ ਆਲਰੇਡੀ ਬੀ ਐੱਡ ਕੰਪਲੀਟ ਹੈ ਸਿਰਫ ਉਹੀ ਅਪਲਾਈ ਕਰ ਸਕਦੇ ਨੇ। ਨੌਲੇਜ ਆਫ ਪੰਜਾਬੀ ਹੋਣੀ ਚਾਹੀਦੀ ਹੈ ਤੁਹਾਨੂੰ ਅਪ ਟੂ ਮੈਟ੍ਰਿਕ। ਕੈਂਡੀਡੇਟਸ ਹੂ ਹੈਵ ਕਲੀਅਰਡ ਨੈੱਟ ਸ਼ੈਲ ਵੀ ਪ੍ਰੈਫਰਡ, ਜਿਨ੍ਹਾਂ ਦਾ ਨੈੱਟ ਦਾ ਜੋ ਟੈਸਟ ਹੈ ਕਲੀਅਰ ਹੈ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ। ਸਿਲੈਕਸ਼ਨ ਦਾ ਕ੍ਰਾਈਟੀਰੀਆ ਹੈ ਕਿ ਇਹਨਾਂ ਦਾ ਇੱਕ ਰਿਟਨ ਟੈਸਟ ਹੋਵੇਗਾ। ਸਿਲੇਬਸ ਜੋ ਹੈ ਇਹਦੇ ਨਾਲ ਹੀ ਨੈਕਸਚਰ 1 'ਚ ਨੀਚੇ ਮੈਨਸ਼ਨ ਕਰ ਦਿੱਤਾ ਇਹਨਾਂ ਨੇ। ਏਜ ਜੋ ਹੈ 18 to 37 ਈਅਰਸ ਹੋਣੀ ਚਾਹੀਦੀ ਹੈ। ਬਾਕੀ ਜੋ ਕੈਟੇਗਰੀਜ਼ ਨੇ ਡਿਫਰੈਂਟ ਡਿਫਰੈਂਟ ਉਹਨਾਂ ਵਾਸਤੇ ਰਿਲੈਕਸੇਸ਼ਨ ਗਿਵਨ ਹੈ ਇਹਦੇ ਵਿੱਚ। ਐਪਲੀਕੇਸ਼ਨ ਫੋਰਮਸ ਜੋ ਨੇ ਤੁਸੀਂ ਔਨਲਾਈਨ ਫਿਲ ਕਰ ਸਕਦੇ ਹੋ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਸਾਈਟ 'ਤੇ, ਜਿਹਦੇ 'ਤੇ PSTET ਦੇ ਫੋਰਮਸ ਵਗੈਰਾ ਤੁਸੀਂ ਸਾਰਿਆਂ ਨੇ ਫਿਲ ਕੀਤੇ ਸੀ ਉਹਦੇ 'ਤੇ ਹੀ ਹੋਣੇ ਆ ਵੀ। 7 ਜੁਲਾਈ ਤੱਕ ਤੁਸੀਂ ਔਨਲਾਈਨ ਫੋਰਮ ਫਿਲ ਕਰ ਸਕਦੇ ਹੋ, ਅਤੇ ਉਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਫੀਸ ਜੋ ਹੈ 9 ਜੁਲਾਈ ਤੱਕ ਕਰਨੀ ਹੈ। ਅਤੇ ਐਪਲੀਕੇਸ਼ਨ ਫੋਰਮ ਜੋ ਤੁਸੀਂ ਭਰਿਆ ਹੋਏਗਾ ਉਹਦਾ ਪ੍ਰਿੰਟ ਆਊਟ ਤੁਸੀਂ 10 ਜੁਲਾਈ ਤੱਕ ਪ੍ਰਿੰਟ ਕਰ ਸਕਦੇ ਹੋ। ਅਤੇ ਇਹਦੇ ਨਾਲ ਹੀ ਇਹਨਾਂ ਨੇ ਓਰਿਜਨਲ ਐਜ਼ ਵੈਲ ਐਜ਼ ਸੈਲਫ ਅਟੈਸਟਡ ਕਾਪੀਜ਼ ਜੋ ਨੇ ਦੈਟ ਸ਼ੈਲ ਬੀ ਸਬਮਿਟਡ ਬਾਏ ਕੈਂਡੀਡੇਟਸ, ਉਹਨਾਂ ਨੇ ਦੱਸੀਆਂ ਹੋਈਆਂ ਨੇ ਪਰੂਫ ਆਫ ਡੇਟ ਆਫ ਬਰਥ, ਪੰਜਾਬੀ ਦਾ ਜੋ ਤੁਹਾਡਾ ਪਾਸ ਕੀਤਾ ਹੋਇਆ ਪਰੂਫ ਹੈ ਉਹ ਵੀ ਚਾਹੀਦਾ, ਰੈਲੇਵੈਂਟ ਡਿਗਰੀ ਐਂਡ DMC ਸਰਟੀਫਿਕੇਟ, ਰਿਜ਼ਰਵ ਕੈਟੇਗਰੀ ਦਾ ਸਰਟੀਫਿਕੇਟ, ਐਕਸ ਸਰਵਿਸਮੈਨ ਨੂੰ ਤਾਂ ਉਹਦੇ ਨਾਲ ਰਿਲੇਟਡ ਡਾਕੂਮੈਂਟਸ, ਏਜ ਰਿਲੈਕਸੇਸ਼ਨ ਅਗਰ ਤੁਸੀਂ ਉਹਦੇ ਵਾਸਤੇ ਕਲੇਮ ਕੀਤਾ ਹੈ, ਹੋਰ ਵੀ ਸਾਰੇ ਤੁਸੀਂ ਦੇਖ ਸਕਦੇ ਹੋ, ਕਾਪੀ ਆਫ ਬੈਂਕ ਚਲਾਨ, ਸਰਟੀਫਿਕੇਟ ਆਫ ਹੈਵਿੰਗ ਪਾਸਡ ਨੈੱਟ। ਕੈਂਡੀਡੇਟ ਸ਼ੁਡ ਸਾਈਨ ਦਾ ਡੈਕਲਰੇਸ਼ਨ ਔਨ ਪੇਜ ਨੰਬਰ 2 ਆਫ ਦਾ ਪ੍ਰਿੰਟ ਆਊਟ ਆਫ ਐਪਲੀਕੇਸ਼ਨ ਫੋਰਮ ਬਿਫੋਰ ਸਬਮਿਟਿੰਗ ਦਾ ਸੇਲ। ਡੈਕਲਰੇਸ਼ਨ ਦਿੱਤੀ ਹੋਈ ਹੈ ਪੇਜ ਨੰਬਰ 2 'ਤੇ, ਉਹ ਵੀ ਇਹਦੇ ਨਾਲ ਹੀ ਪ੍ਰਿੰਟ ਆਊਟ ਕਰਕੇ ਤੁਸੀਂ ਅਟੈਚ ਕਰਨੀ ਹੈ। ਫੀਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਜੀ ਆਲ ਅਦਰ ਕੈਟੇਗਰੀਜ਼ ਐਕਸ ਸਰਵਿਸਮੈਨ 1000 ਹੈ ਉਹਨਾਂ ਦੀ ਜੀ,
ਐਸਸੀ ਐਸਟੀ ਵਾਲਿਆਂ ਦੀ 500 ਹੈ, ਫਿਜ਼ੀਕਲ ਹੈਂਡੀਕੈਪਡ ਵਾਲਿਆਂ ਦੀ 500 ਹੈ, ਐਕਸ ਸਰਵਿਸ ਆਫ ਮੈਨ ਆਫ ਪੰਜਾਬ ਵਾਲਿਆਂ ਵਾਸਤੇ ਕੋਈ ਫੀਸ ਨਹੀਂ ਹੈ। ਅਤੇ ਇਹ ਐਪਲੀਕੇਸ਼ਨ ਫੀ ਜੋ ਹੈ ਦੈਟ ਇਜ਼ ਨੋਨ ਰਿਫੰਡੇਬਲ। ਐਪਲੀਕੇਸ਼ਨ ਫੀ ਮਸਟ ਬੀ ਸਬਮਿਟਡ ਥਰੂ ਐਨੀ ਬ੍ਰਾਂਚ ਆਫ ਐਕਸਿਸ ਬੈਂਕ ਓਨਲੀ, ਐਕਸਿਸ ਬੈਂਕ ਦੇ ਥਰੂ ਹੀ ਫਿਲ ਹੋਏਗੀ। ਅਤੇ ਅਗਰ ਤੁਸੀਂ ਕੋਈ ਵੀ ਇਨਸਫੀਸ਼ੀਐਂਟ ਫੀ ਭਰਦੇ ਹੋ ਜਾਂ ਫਿਰ ਰੋਂਗ ਜਾਂ ਇਨਕੰਪਲੀਟ ਇਨਫੋਰਮੇਸ਼ਨ ਦਿੰਦੇ ਹੋ ਜਾਂ ਫਿਰ ਕੋਈ ਵੀ ਤੁਹਾਡੀ ਐਲੀਜੀਬਿਲਟੀ ਕੰਡੀਸ਼ਨ ਦੇ ਵਿੱਚ ਕਮੀ ਹੈ, ਏਜ ਦੀ ਹੋ ਗਈ ਜਾਂ ਫਿਰ ਐਜੂਕੇਸ਼ਨ ਦੀ ਹੋ ਗਈ, ਤਾਂ ਤੁਸੀਂ ਇਹਦੇ ਵਿੱਚ ਅਯੋਗ ਕਰਾਰ ਦਿੱਤੇ ਜਾਓਗੇ। ਸੋ ਉਹ ਵਾਲੀਆਂ ਕੰਡੀਸ਼ਨ ਸਾਰੀਆਂ ਰੀਡ ਕਰਨ ਤੋਂ ਬਾਅਦ ਤੁਸੀਂ ਉਸੇ ਪੇਜ 'ਤੇ ਹੀ ਐਪਲੀਕੇਸ਼ਨ ਦਾ ਲਿੰਕ ਦਿੱਤਾ ਹੋਇਆ ਸਾਈਟ 'ਤੇ ਰਜਿਸਟਰ ਹੇਅਰ ਦੀ ਨੀਚੇ ਆਪਸ਼ਨ ਆ ਰਹੀ ਹੈ, ਇੱਥੇ ਕਲਿੱਕ ਕਰੋਗੇ, ਰਜਿਸਟ੍ਰੇਸ਼ਨ ਦਾ ਤੁਹਾਡਾ ਲਿੰਕ ਜੋ ਹੈ ਓਪਨ ਹੋ ਜਾਏਗਾ। ਇਸ ਤੋਂ ਬਾਅਦ ਜੋ ਹੈ ਤੁਹਾਡਾ, ਉਸ ਤੋਂ ਪਹਿਲਾਂ ਸੋਰੀ, ਤੁਸੀਂ ਆਪਣੀਆਂ ਸਾਰੀਆਂ ਇੰਸਟਰਕਸ਼ਨਸ ਵਗੈਰਾ ਰੀਡ ਕਰਨੀਆਂ ਨੇ ਜੋ ਵੀ ਉਹਨਾਂ ਨੇ ਦਿੱਤੀਆਂ ਹੋਈਆਂ ਨੇ। ਉਸ ਤੋਂ ਬਾਅਦ ਰਜਿਸਟ੍ਰੇਸ਼ਨ ਕਰੋਗੇ ਤਾਂ ਤੁਹਾਨੂੰ ਲੌਗਇਨ ਆਈਡੀ ਅਤੇ ਯੂਜ਼ਰ ਪਾਸਵਰਡ ਜੋ ਹੈ ਤੁਹਾਡੇ ਫੋਨ 'ਤੇ ਰਜਿਸਟਰਡ ਫੋਨ ਨੰਬਰ 'ਤੇ ਆ ਜਾਏਗਾ, ਫਿਰ ਤੁਸੀਂ ਉਹੀ ਦੁਬਾਰਾ ਯੂਜ਼ ਕਰਕੇ ਲੌਗਇਨ ਕਰ ਸਕਦੇ ਹੋ ਕਿਸੇ ਵੀ ਟਾਈਮ। ਅਤੇ ਇਹ ਵਾਲਾ ਪੇਜ ਜੋ ਹੈ ਤੁਹਾਡਾ ਓਪਨ ਹੋਏਗਾ ਰਜਿਸਟ੍ਰੇਸ਼ਨ ਦੇ ਵਾਸਤੇ, ਠੀਕ ਹੈ ਜੀ। ਨੇਮ, ਮਦਰ ਨੇਮ, ਬੇਸਿਕ ਡਿਟੇਲਸ ਤੁਹਾਡੀਆਂ ਜੋ ਵੀ ਨੇ ਉਹ ਵਾਲੀਆਂ ਇਹਦੇ ਵਿੱਚ ਫਿਲ ਕਰੋਗੇ ਤਾਂ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਏਗੀ। ਸੋ ਪਹਿਲਾਂ ਆਪਣੀ ਧਿਆਨ ਨਾਲ ਐਲੀਜੀਬਿਲਟੀ ਤੁਸੀਂ ਚੈੱਕ ਕਰਨੀ ਹੈ, ਵੈਦਰ ਯੂ ਆਰ ਐਲੀਜੀਬਲ ਔਰ ਨੋਟ, ਠੀਕ ਹੈ ਜੀ। ਅਤੇ ਇਹਦੇ ਨਾਲ ਦਾ ਰਿਲੇਟਡ ਜੋ ਸਿਲੇਬਸ ਹੈ ਉਹ ਵੀ ਸਾਈਟ 'ਤੇ ਗਿਵਨ ਹੈ ਨੀਚੇ, ਉਹ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ। ਸਾਰਾ ਸਿਲੇਬਸ ਜੋ ਹੈ ਉਹ ਪੋਸਟ ਗ੍ਰੈਜੂਏਸ਼ਨ ਲੈਵਲ ਦਾ ਹੈ। ਸੋ ਆਪਣੀ ਤਿਆਰੀ ਜੋ ਹੈ ਪੂਰੀ ਅੱਛੀ ਤਰ੍ਹਾਂ ਕਰਨੀ ਹੈ, ਕਿਉਂਕਿ ਵੈਕੈਂਸੀਜ਼ ਬਹੁਤ ਘੱਟ ਨੇ ਅਤੇ ਕੰਪੀਟੀਸ਼ਨ ਜੋ ਹੈ ਉਹ ਤੁਹਾਡਾ ਨੈੱਟ ਕਲੀਅਰ ਵਾਲੇ ਕੈਂਡੀਡੇਟਸ ਨਾਲ ਹੋਣਾ ਹੈ ਜੋ ਨੋਨ ਨੈੱਟ ਕੈਂਡੀਡੇਟਸ ਨੇ। ਸੋ ਆਪਣੀ ਪ੍ਰਿਪਰੇਸ਼ਨ ਜੋ ਹੈ ਉਸ ਤਰ੍ਹਾਂ ਹੀ ਕਰਿਆ। ਅਗਰ ਫਿਰ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਥੈਂਕ ਯੂ ਜੀ, ਥੈਂਕਸ ਫੋਰ ਵਾਚਿੰਗ।